ਡਾਕਟਰ ਦਲੀਪ ਘੋਟਿਵਾਨਾ ਦੀ ਕਹਾਣੀ ਰੂਪ ਰਾਣੀ ਕੁੜੇ ਰਾਣੀ ਤੂੰ ਤਾਂ ਕਰਮਾ ਵਾਲੀ ਐ ਦੇਖ ਤੇਰੇ ਪਿਓ ਨੇ ਤੇਰੀ ਖਾਤਰ ਕੁ ਡਾ ਬੜਾ ਘਰ ਟੋਲਿਆ ਤੈਨੂੰ ਤਾਂ ਮੰਜੇ ਭੁੰਜੇ ਪੈਰ ਲਾਉਣ ਦੀ ਲੋੜ ਨਹੀਂ ਪੈਣੀ ਕਾਮੇ ਤੇਰਾ ਕੰਮ ਕਰਦੇ ਫਿਰਿਆ ਕਰਨਗੇ ਲਾਗੀ ਤੱਥੀ ਤੇਰੇ ਹੱਥਾਂ ਕਰਨੀ ਝਾਕਿਆ ਕਰਨਗੇ ਸ਼ਾਹਾਂ ਦੇ ਵਿਆਹੀ ਜਾਣਾ ਸੋਨੇ ਨਾਲ ਲੱਦ ਦੇਣਗੇ ਰੇਸ਼ਮ ਹੰਡਾਇਆ ਕਰਨਗੇ ਇੱਕ ਜਰਾਂ ਕੁ ਵਢੇਰੀ ਉਮਰ ਦੀ ਔਰਤ ਪਿੰਡ ਦੇ ਸ਼ਾਹਾਂ ਦੀ ਕੁੜੀ ਰਾਣੀ ਨੂੰ ਆਖ ਰਹੀ ਸੀ ਜਿਹਦਾ ਥੋੜੇ ਦਿਨਾਂ ਨੂੰ ਵਿਆਹ ਸੀ ਬੇਬੇਪਾਗੂ ਠੀਕ ਤਾਂ ਆਖਦੀ ਐ ਰਾਣੀ ਫੇਰ ਤਾਂ ਤੈਮ ਸਾਨੂੰ ਸਿਆਣਿਆਂ ਵੀ ਨਹੀਂ ਕਰਨਾ ਇੱਕ ਹੋਰ ਜਨਾਨੀ ਬੋਲੀ ਸੁਣਿਆ ਹੈ ਪਰੋਹਣੇ ਦਾ ਨਾਂ ਰੂਪ ਹੈ ਰੂਪ ਸੋਣਾ ਬਥੇਰਾ ਹੋਣਾ ਹੋਰ ਐਵੇਂ ਤਾਂ ਨਹੀਂ ਨਾ ਮਾਂ ਨੇ ਰੂਪ ਨਾਂ ਧਰ ਦਿੱਤਾ ਹੋਣਾ ਇੱਕ ਫੁਲਕਾਰੀ ਕੱਢਦੀ ਕੁੜੀ ਬੋਲੀ ਛਾਟੀ ਇੱਕ ਹੋਰ ਮੁਟਿਆਰ ਕਰੋਸ਼ੀਏ ਦਾ ਧਾਗਾ ਉਂਗਲ ਤੇ ਬੁਲੇਟਦੀ ਹੋਈ ਬੋਲੀ ਲੈ ਬੀਬੀ ਸਾਡੀ ਰਾਣੀ ਵੀ ਤਾਂ ਫੇਰ ਕਿਸੇ ਸੋਹਣੇ ਦੇ ਲਾਇਕ ਹੀ ਸੀ ਜਦੋਂ ਪਾ ਕੇ ਕਾਲੀ ਸੂਫ ਦਾ ਘਗਰਾ ਮੋਰਨੀ ਅੰਗ ਪਹਿਲਾਂ ਪਾਉਂਦੀ ਰੋਟੀ ਲੈ ਕੇ ਜਾਇਆ ਕਰੂਗੀ ਤਾਂ ਲੋਕ ਖੜ-ਖੜ ਦੇਖਿਆ ਕਰਨਗੇ ਨਹੀਂ ਜੀਤੋ ਰੂਪ ਵੀ ਤਾਂ ਜਦ ਬਨ ਕੇ ਰੇਸ਼ਮੀ ਪੋਥਾ ਪਾ ਕੇ ਬੋਸਕੇ ਦਾ ਕੁੜਤਾ ਤੇ ਸਿਰ ਤੇ ਛੱਡ ਕੇ ਕੇਸਰੀ ਸਾਫੇ ਦਾ ਟੋਹਰਾ ਤੁਰਿਆ ਕਰੂਗਾ ਤਾਂ ਲੋਕ ਕੀ ਕਰਨਗੇ ਅਸ਼ਕੇ ਜੋੜੀ ਦੇ ਇਹ ਸ਼ਰਮੌਦੀ ਕਾ ਨੂੰ ਇਹ ਰਾਣੀ ਅਸੀਂ ਕੋਈ ਝੂਠ ਆਖਦੀਆਂ ਦੇਖ ਕੰਨਾ ਥਾਣੀ ਦੀ ਹਾਸਾ ਨਿਕਲਦਾ ਵੱਡੀ ਨਖਰੋ ਦਾ ਲੈ ਬੇਬੇ ਭਾਗੋ ਹੈ ਤਾਂ ਤਾਇਆ ਥੋੜਾ ਜਿਹਾ ਚਿਪੜੇ ਪਰ ਰਾਣੀ ਦਾ ਸਾਖਤਾ ਸੁਣਿਆ ਤਕੜੇ ਘਾਰੇ ਘਾਰ ਆਇਆ ਇੰਨੇ ਨੂੰ ਇੱਕ ਬੁੱਢੀ ਦਲਾਨ ਚ ਨਿਮ ਹੇਠ ਬੈਠੀਆਂ ਕੁੜੀਆਂ ਦੇ ਝੁਰਮਟ ਕੋ ਲਈ ਕਹਿਣ ਲੱਗੀ ਬਸ ਕਰੋ ਕੁੜੀਓ ਹੁਣ ਕੱਢਣ ਕੱਤਨ ਤੋਂ ਆਥਣ ਹੋ ਗਿਆ ਐਸ ਵੇਲੇ ਤਾਂ ਵਗਦੇ ਦਰਿਆ ਵੀ ਖਲੋ ਜਾਂਦੇ ਆ ਕਿਉਂ ਲੱਗਿਓ ਜਨੌਰਾਂ ਦੀਆਂ ਅੱਖਾਂ ਵਿੰਨਣ ਅੱਛਾ ਮਾਂ ਆਕਸਬ ਕੁੜੀਆਂ ਉਹ ਆਪਣਾ ਕੱਢ ਕਣਤਣ ਸਭ ਘਰਾਂ ਨੂੰ ਤੁਰ ਪਈਆਂ ਰਾਣੀ ਨੇ ਘਰ ਆ ਕੇ ਥੋੜ੍ਹੀ ਜੀ ਰੋਟੀ ਖਾਦੀ ਤੇ ਮੰਜੇ ਤੇ ਪੈ ਗਈ ਅੱਜ ਉਹਨੂੰ ਨੀਂਦ ਨਹੀਂ ਸੀ ਆ ਰਹੀ ਉਹ ਸੋਚਣ ਲੱਗੀ ਉਹ ਰੂਪ ਤੇ ਮੈਂ ਰਾਣੀ ਕਿੱਡੀ ਸੋਣੀ ਜੋੜੀ ਹੋएगी ਰੂਪ ਰਾਣੀ ਰੂਪ ਰਾਣੀ ਲੈ ਮਸਾ ਹੀ ਮਜਾਦ ਕਰਦੇ ਆਪਣੇ ਹੁਸਨ ਦਾ ਰੂਪ ਮੈਂ ਕੋਈ ਘੱਟ ਸੋਣੀ ਆ ਤੇਰੇ ਭਾਦੀ ਤੇ ਤੇਰੀਆਂ ਅੱਖਾਂ ਤੇ ਨੱਕ ਬੁੱਲ ਤਾਂ ਬਹੁਤ ਸੋਹਣੇ ਹੋਣਗੇ ਸਾਡੇ ਪਿੰਡ ਦੇ ਗੱਜਾਂ ਵਰਗੇ ਲੋਕ ਉਹਨੂੰ ਵੀ ਸੋਨਾ ਆਖਦੇ ਐ ਤੇਰਾ ਰੰਗ ਜ਼ਰੂਰ ਮੇਰੇ ਵੀਰੇ ਵਰਗਾ ਚਟਾ ਹੋਣਾ ਤੂੰ ਜ਼ਰੂਰ ਸਾਡੇ ਪਿੰਡ ਦੇ ਮੰਗਲ ਵਾਂਗੂ ਮੂਂਗਲੀਆਂ ਫੇਰਨ ਕੋਲਣ ਤੇ ਜਲਸੇ ਲਵਾਉਣ ਚ ਮੋਰੀ ਹੁੰਦਾ ਹੋਏਗਾ ਹੈ ਰੂਪ ਆਪਾਂ ਕਦੇ-ਕਦੇ ਤੇਰੇ ਘੁੰਗਰੂਆਂ ਵਾਲੇ ਬੋਤੇ ਤੇ ਬੈਠ ਕੇ ਮੇਲੇ ਜਾਇਆ ਕਰਾਂਗੇ ਦੇਖੇ ਰੂਪ ਮੈਂ ਆਪਣੀ ਬਾਹਾਂ ਤੇ ਤੇਰਾ ਨਾਮ ਹੁਣ ਵਾ ਲੈਣਾ ਹੁਣ ਮੈਂ ਬਾਪੂ ਨੂੰ ਕਦੇ ਕੰਜੂਸ ਸੜੀਲ ਤੇ ਚਿਪੜ ਨਹੀਂ ਆਖਿਆ ਕਰਨਾ ਦੇਖ ਨਾ ਉਹਨੇ ਮੇਰੀ ਖਾਤਰ ਤੂ ਡੋਲਿਆ ਇਹ ਸੋਚਦੀ ਸੋਚਦੀ ਰਾਣੀ ਸੌ ਗਈ ਸੁਪਨਿਆਂ ਚ ਵੀ ਉਹ ਮਨੋ ਕਲਪਿਤ ਰੂਪ ਨੂੰ ਦੇਖਦੀ ਰਹੀ ਤੇ ਕਹਿੰਦੀ ਰਹੀ ਰੂਪ ਤਨ ਤੇ ਹੁਸਨ ਤਾਂ ਤੇਰੇ ਘਰ ਬਥੇਰੇ ਮੈਂ ਮੈਂ ਪੁੱਤ ਵੀ ਤੈਨੂੰ ਸ਼ੇਰ ਅਰਗਾ ਦਿਆਂਗੀ ਸੋਨਾ ਸੁਨੱਖਾ ਜਮਾ ਤੇਰੇ ਅਰਗਾ ਜਿਹਨੂੰ ਦੇਖ ਕੇ ਲੋਕ ਆਖਿਆ ਕਰਨਗੇ ਸ਼ਾਬਾਸ਼ ਤੇਰੀ ਜੰਮਣ ਵਾਲੀ ਤੇ ਸੋਹੇ ਰਦੀ ਰੂਪ ਮੈਂ ਤੇਰੀ ਮਾਂ ਤੇ ਭੈਣ ਨਾਲ ਵੀ ਕਦੇ ਨਹੀਂ ਲੜਿਆ ਕਰਨਾ ਦਿਨ ਲੰਘਦੇ ਗਏ ਆਖਰ ਵਿਆਹ ਦਾ ਦਿਨ ਵੀ ਆ ਹੀ ਗਿਆ ਤੇ ਅੱਧੀ ਰਾਤ ਨੂੰ ਰਾਣੀ ਦੇ ਫੇਰੇ ਵੀ ਹੋ ਗਏ ਤੇ ਅੱਜ ਆਥਨ ਨੂੰ ਉਹਨੇ ਵਿਦਾ ਹੋਣਾ ਸੀ ਉਟਮਾ ਨਾਲ ਭਰੀ ਮਖਮਲੀ ਕੱਪੜਿਆਂ ਚ ਪਰੀ ਜੀ ਬਣੀ ਅੰਦਰਲੀ ਕੋਠੜੀ ਚ ਬੈਠੀ ਸੀ ਕੁੜੀਆਂ ਵਾਲੇ ਦੁਆਲੇ ਝੁਰਮਟ ਪਾਈ ਉਹਦੇ ਗਹਿਣੇ ਕੱਪੜਿਆਂ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕ ਰਹੀਆਂ ਸਨ ਰਾਣੀ ਬੜੀ ਖੁਸ਼ ਸੀ ਉਹ ਚਾਹੁੰਦੀ ਸੀ ਕੁੜੀਆਂ ਉਹਨੂੰ ਫੇਰ ਛੇੜਨ ਮਖੌਲ ਕਰਨ ਰੂਪ ਦਾ ਨਾਂ ਉਹ ਬਾਰ-ਬਾਰ ਲੈਣ ਪਰ ਉਹ ਸਭ ਚੁੱਪਚਾਪ ਬੈਠੀਆਂ ਸਨ ਉਹਨੇ ਸੋਚਿਆ ਜ਼ਰੂਰ ਮੇਰੇ ਚੰਗੇ ਭਾਗਾ ਤੇ ਛੜਦੀਆਂ ਹੋਣਗੀਆਂ ਇਹਨੇ ਨੂੰ ਦੁਪਹਿਰ ਢਲੀ ਤੇ ਤੁਰੋ-ਤੁਰੀ ਦਾ ਵੇਲਾ ਹੋ ਗਿਆ ਉਹ ਚੋਲਾ ਆ ਕੇ ਆਖਮ ਲੱਗਾ ਛੇਤੀ ਕਰੋ ਭਾਈ ਬੀਬੀ ਦੀ ਤਿਆਰੀ ਉੱਤੋਂ ਆਥਣ ਹੋਈ ਜਾਂਦਾ ਐ ਅੱਗੋਂ ਬਾਟ ਵੀ ਚੋਖੀ ਐ ਸੋ ਅੰਨੀ ਬੁੱਲੇ ਦਾ ਡਰ ਹੁਣ ਤੁਰਨ ਵੇਲੇ ਰਾਣੀ ਦਾ ਮਨ ਹੌਲਿਆ ਘਰ ਦੀ ਹਰ ਚੀਜ਼ ਉਹਨੂੰ ਨਾ ਜਾਣ ਲਈ ਤਰਲਾ ਕਰਦੀ ਦਿੱਸੀ ਉਹਨਾਂ ਕੰਧਾਂ ਉਹਨਾਂ ਬੀਹਾਂ 'ਚ ਜਜਾ ਨੂੰ ਪਿਆਰ ਹੋ ਗੰਪਿਆ ਸਹੇਲੀਆਂ ਦੇ ਮੂੰਹਾਂ ਤੇ ਉਦਾਸੀ ਨੇ ਰਾਣੀ ਨੂੰ ਵਿਛੋੜਾ ਯਾਦ ਕਰਵਾ ਦਿੱਤਾ ਤੇ ਉਹ ਭੁੱਬਾ ਮਾਰ ਕੇ ਰੋ ਪਈ ਮਾਵੀ ਰੂਪੀ ਅੰਡਣਾ ਗਵੰਡਣਾ ਵੀ ਰੂਪੀਆਂ ਤੇ ਸਾਥ ਨਾਲ ਸਹੇਲੀਆਂ ਦੇ ਹੰਝੂ ਵੀ ਡੁੱਲ ਪਏ ਕੁੜੀਆਂ ਨੇ ਤੁਰਨ ਵੇਲੇ ਗਾਇਆ ਲੈ ਚੱਲੇ ਬਾਬਲਾ ਲੈ ਚੱਲੇ ਵੀ ਤੇ ਮੈਨੂੰ ਰੱਖ ਲੈ ਅੱਜ ਦੀ ਰਾਤ ਬਾਬਲ ਕਿੱਕਣ ਰੱਖਾਂ ਧੀ ਏ ਮੇਰੀ ਮੈਂ ਆਪੂ ਸੱਜਣ ਸਦਾਏ ਦੂਜੀਆਂ ਨੇ ਜਵਾਬ ਦਿੱਤਾ ਆਖਰ ਰੁੰਦੀ ਧੁੰਦੀ ਨੂੰ ਡੋਲੀਆਂ ਕੱਢ ਮਾਮੇ ਨੇ ਰਾਣੀ ਨੂੰ ਰੱਥ ਚ ਬਿਠਾ ਲ ਦਿੱਤਾ ਸ਼ਗਨ ਪਾਏ ਗਏ ਉੱਪਰੋਂ ਰੁਪਈਏੁੱ ਟੱਗੇ ਗਏ ਕਮੀਨ ਕਾਂਦੂਆ ਨੇ ਭੱਜ ਕੇ ਚੁੱਕੇ ਅਖੀਰ ਵਿੱਚ ਰੱਥ ਦੀਆਂ ਟੱਲੀਆਂ ਖੜਕਦੀਆਂ ਬਲਦਾਂ ਦੇ ਘੁੰਗਰੂ ਛਣਕਦੇ ਪਿੰਡ ਦੀ ਜੂੰ ਟੱਪ ਗਏ ਨੇਰੇ ਹੋਏ ਰੱਥ ਸੌਰੀ ਪਹੁੰਚਿਆ ਇੱਕ ਸਿਆਣੀ ਔਰਤ ਨੇ ਰਾਣੀ ਨੂੰ ਡੋਲੀੋਂ ਲਾਇਆ ਸ਼ਗਨ ਕੀਤੇ ਪਾਣੀ ਵਾਰਿਆ ਤੇ ਮੂੰਹ ਦਿਖਾਈ ਦਿੱਤੀ ਪਿੰਡ ਦੀਆਂ ਔਰਤਾਂ ਕਹਿੰਦੀਆਂ ਸਨ ਬਹੁਤਾ ਪਿੰਡ ਦੀ ਸ਼ਾਨ ਆਈ ਹੈ ਰੱਬ ਭਾਗ ਲਾਏ ਰਾਤ ਪੈ ਗਈ ਇੱਕ ਕੁੜੀ ਰਾਣੀ ਨੂੰ ਸਜੀ ਹੋਈ ਕਮਰੇ ਚ ਛੱਡ ਆਪ ਖਿਸਕ ਗਈ ਕੱਲੀ ਰਾਣੀ ਨੇ ਕਮਰੇ ਵੱਲ ਤੱਕਿਆ ਚੀਜ਼ਾਂ ਦੀ ਬਹੁਤਾਤ ਵੱਲ ਤੇ ਫਿਰ ਕੋਲ ਪਏ ਖਾਲੀ ਮੰਜੇ ਵੱਲ ਉਹਦਾ ਦਿਲ ਧੜਕ ਰਿਹਾ ਸੀ ਮੂੰਹ ਤੇ ਕੁਝ ਸ਼ਰਮ ਕੁਝ ਡਰ ਕੁਝ ਖੁਸ਼ੀ ਦਾ ਰਲਵਾ ਜਿਹਾ ਪ੍ਰਵੇਸ਼ ਸੀ ਥੋੜੇ ਜਿਹਿਰ ਨੂੰ ਦਰਵਾਜ਼ਾ ਖੁੱਲ ਕੇ ਬੰਦ ਹੋ ਗਿਆ ਰਾਣੀ ਨੂੰ ਪਤਾ ਸੀ ਕੌਣ ਆਏਗਾ ਨੀਵੀਂ ਪਾਈ ਬੈਠੀ ਰਹੀ ਮੂੰਹ ਕੁੰਡ ਵਿੱਚ ਸੁਪਾਲਿਆ ਦੂਜੀ ਪਾਲੋ ਦੇ ਸਾਹਮਣੇ ਬੈਠ ਕੇ ਕਿਸੇ ਨੇ ਕਿਹਾ ਰਾਣੀ ਉਹ ਚੁੱਪ ਰਹੀ ਹੱਥਾਂ ਨੇ ਵੱਧ ਕੇ ਕੁੰਡ ਚੁੱਕ ਦਿੱਤਾ ਤੇ ਬੜੇ ਪੋਲੇ ਜੇ ਬੁੱਲਾ ਨਾਲ ਕਿਹਾ ਰਾਣੀ ਉਹਨ ਰਾਣੀ ਨੇ ਸ਼ਰਮਾਉਂਦੀਆਂ ਮਿੱਠੀਆਂ ਨਜ਼ਰਾਂ ਉੱਚੀਆਂ ਕੀਤੀਆਂ ਸਾਹਮਣੇ ਵਸਮੇ ਦੀ ਆੜ ਚ ਉਮਰ ਛੁਪਾਈ ਕੰਬਦੇ ਹੱਥਾਂ ਵਾਲਾ ਕੋਣ ਖੱਦਾ ਸਮੇਂ ਦਾ ਪਿਛਾੜਿਆ ਝੁਰੜੀਆਂ ਵਾਲਾ ਬਾਬਾ ਬੈਠਾ ਸੀ ਰਾਣੀ ਦਾ ਮੂੰਹ ਹੈਰਾਨੀ ਨਾਲ ਟੱਡਿਆ ਹੀ ਰਹਿ ਗਿਆ ਅੱਖਾਂ ਹਿੱਲੀਆਂ ਹੀ ਨਾ ਦਿਲ ਨੂੰ ਇੱਕ ਝਟਕਾ ਜਿਹਾ ਲੱਗਿਆ ਤੇ ਉਹ ਕਾਲੀ ਨਾਲ ਬੋਲੀ ਰੂਪ ਕਿੱਥੇ ਹੈ ਮੇਰਾ ਹੀ ਨਾਮ ਰੂਪ ਸਿੰਘ ਹੈ ਰਾਣੀ ਬੁੱਢੇ ਕਾਕਾ ਜੀ ਨੇ ਜਵਾਬ ਦਿੱਤਾ ਰੂਪ ਤੇ ਰੂਪਾ ਸਿੰਘ ਰਾਣੀ ਦੇ ਦਿਮਾਗ 'ਚ ਟਕਰਾਇਆ ਕਦੇ ਉਹਦੇ ਮਨੋਂ ਕਲਪਿਤ ਰੂਪ ਦੀ ਤੇ ਕਦੇ ਸਾਹਮਣੇ ਬੈਠੇ ਰੂਪਾਸਿਆਂ ਦੀ ਤਸਵੀਰ ਉਹਦੀਆਂ ਅੱਖਾਂ ਅੰਗੋ ਲੰਘਦੀ ਰਾਣੀ ਬੌਂਦਰ ਜੀ ਦੀ ਅੱਖਾਂ ਭਵੱਤਰ ਗਈਆਂ ਅੰਗ ਸੁਨ ਹੋ ਗਏ ਚਿਹਰਾ ਉਤਰ ਗਿਆ ਦਿਲ ਭਰ ਆਇਆ ਹੋ ਕੇ ਮੁੜ ਪਏ ਤੇ ਸੁਪਨਿਆਂ ਭਰੀਆਂ ਅੱਖਾਂ ਖਾਲੀ ਹੋ ਗਈਆਂ ਦੂਜੇ ਪਲ ਬੇਬਸ ਬੌਂਦਲੀ ਅਭੋਲ ਜਵਾਨੀ ਬੁੱਢੇਪੇ ਦੇ ਕੰਬਦੇ ਹੱਥਾਂ 'ਚ ਬੇ ਹਿਸ ਹੋ ਕੇ ਡੇ ਪਈ ਜਿਵੇਂ ਰੂਪ ਰਾਣੀ ਦਾ ਸੁਰੀਲਾ ਗੀਤ ਕਿਸੇ ਨੇ ਵਿਚਾਲਿਓ ਕੱਟ ਦਿੱਤਾ ਹੋਵੇ ਧੰਵਾਦ